ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਸਾਨੂੰ ਥੋੜਾ ਸੁੱਖ ਦੁੱਖ ਬਾਰੇ ਦੱਸੋ। ਗੁਰਬਾਣੀ ਦੇ ਵਿੱਚ ਆਇਆ ਆ ਦੁੱਖ ਦਾਰੂ ਸੁੱਖ ਰੋਗ ਭਇਆ ਜਾ ਸੁੱਖ ਤਾਮ ਨਾ ਹੋਈ। ਸਾਨੂੰ ਜਿਹੜਾ ਗੁਰਬਾਣੀ ਇਹ ਚੀਜ਼ ਸਿਖਾਉਂਦੀ ਹੈ। ਅਤੇ ਭਾਈ ਸਾਹਿਬ ਜੀ ਗੁਰਬਾਣੀ ਵਿੱਚ ਦੁੱਖ ਨੂੰ ਦਾਰੂ ਕਿਉਂ ਗਿਆ? ਦੇਖੋ ਜੀ, ਦੁੱਖ ਨੂੰ ਦਾਰੂ ਇਸ ਕਰਕੇ ਕਿਹਾ ਕਿ ਜਿਹੜਾ ਬੰਦਾ ਦੁਖੀ ਹੈ ਨਾ, ਉਹ ਦੁੱਖ ਦੇ ਵਿੱਚ ਜਿੱਦਾਂ ਚੱਲ ਰਿਹਾ, ਜਿਹੜਾ ਉਹਨੂੰ ਕੋਈ ਤਰੀਕੇ ਦੇ ਉਹਨੂੰ ਸਰੀਰਕ ਕਸ਼ਟ ਹੈ ਜਾਂ ਉਹਦੀ ਕੋਈ ਕਿਸੇ ਜਗ੍ਹਾ ਉਹਦਾ ਕੰਮ ਫਸਦਾ, ਉਹ ਉਸ ਵੇਲੇ ਪਰਮੇਸ਼ਰ ਦਾ ਨਾਮ ਜਿਹੜਾ ਜਪਦਾ ਆ, ਜਿਹੜਾ ਕਿ ਨਾਮ ਉਹ ਰੂਟੀਨ ਦੇ ਵਿੱਚ ਨਹੀਂ ਜਪਦਾ, ਰੂਟੀਨ ਦੇ ਵਿੱਚ ਉਹਦਾ ਧਿਆਨ ਉਸ ਪਾਸੇ ਨਹੀਂ ਜਾਂਦਾ, ਰੂਟੀਨ ਦੇ ਵਿੱਚ ਉਹਦਾ ਧਿਆਨ ਜਿਹੜਾ ਹਮੇਸ਼ਾ ਕਾਰ ਵਿਹਾਰ ਵਾਲੇ ਪਾਸੇ ਜਾਂ ਆਪਾਂ ਇਹ ਗਲਫਾਈ ਵਰਤ ਲਈਏ ਕਿ ਦੁਨੀਆਦਾਰੀ ਵਾਲੇ ਪਾਸੇ ਜਾਂਦਾ ਆ, ਉਹ ਸਿਰਫ ਅਤੇ ਸਿਰਫ ਜਦੋਂ ਉਹਨੂੰ ਦੁੱਖ ਪੈਂਦਾ ਹੈ ਨਾ, ਦੁੱਖ ਸਿਰ ਦੇ ਉੱਤੇ ਪੈਂਦਾ, ਸਿਰਫ ਉਸ ਵੇਲੇ ਹੀ ਉਹ ਨਾਮ ਜਪਦਾ। ਇਸ ਕਰਕੇ ਗੁਰਬਾਣੀ ਦੇ ਵਿੱਚ ਜਿਹੜਾ ਦੁੱਖ ਨੂੰ ਦਾਰੂ ਕਿਹਾ ਗਿਆ। ਅਤੇ ਸੁੱਖ ਨੂੰ ਜਿਹੜਾ ਰੋਗ ਕਿਉਂ ਕਿਹਾ? ਸੁੱਖ ਦੇ ਵਿੱਚ ਪਰਮੇਸ਼ਰ ਨੂੰ ਬੰਦਾ ਭੁੱਲ ਜਾਂਦਾ ਹੈ, ਇਸ ਕਰਕੇ ਸੁੱਖ ਨੂੰ ਰੋਗ ਦਾ ਨਾਲ ਤੁਲਨਾ ਕੀਤੀ ਗਈ ਹੈ। ਇਸ ਕਰਕੇ ਦੇਖੋ ਜੀ, ਸੁੱਖ ਹੈ ਤਾਂ ਫਿਰ ਤੁਸੀਂ ਪਰਮੇਸ਼ਰ ਦਾ ਨਾਂ ਜਪਣਾ ਹੀ ਨਹੀਂ, ਕਿਉਂਕਿ ਠੀਕ ਹੈ ਸਾਡੇ ਕੋਲ ਬੰਗਲਾ ਵੀ ਹੈ, ਗੱਡੀ ਵੀ ਹੈ, ਸਾਡੇ ਕੋਲ ਪਾਉਣ ਲਈ ਕੱਪੜੇ ਵੀ ਨਹੀਂ, ਖਾਣ ਨੂੰ ਰੋਟੀ ਵੀ ਹੈ, ਸਾਡੇ ਬੱਚੇ ਵੀ ਸੈੱਟ ਹੋ ਰਹੇ ਨੇ, ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈਗੀ, ਸਾਨੂੰ ਭੁੱਖ ਹੀ ਨਹੀਂ ਹੈਗੀ ਅਤੇ ਪ੍ਰਸ਼ਾਦਾ ਕਿਉਂ ਖਾਵਾਂਗੇ ਅਸੀਂ? ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈਗੀ ਤਾਂ ਪਰਮੇਸ਼ਰ ਦਾ ਨਾਮ ਕਿਉਂ ਜਪਾਂਗੇ? ਅਸੀਂ ਬੇਸਿਕਲੀ ਸਵਾਰਥੀ ਲੋਕ ਹਾਂ, ਅਸੀਂ ਪਰਮੇਸ਼ਰ ਦਾ ਨਾਮ ਉਸ ਟਾਈਮ ਦੇ ਉੱਤੇ ਜਦੋਂ ਜਪਦੇ ਹਾਂ ਜਦੋਂ ਸਾਨੂੰ ਲੋੜ ਆ। ਅਸੀਂ ਪਰਮੇਸ਼ਰ ਦਾ ਨਾਮ ਪਰਮੇਸ਼ਰ ਨੂੰ ਖੁਸ਼ ਕਰਨ ਲਈ ਕਦੇ ਨਹੀਂ ਜਪਦੇ, ਪਰਮੇਸ਼ਰ ਦਾ ਨਾਮ ਜਪਦੇ ਹਾਂ ਆਪਣੇ ਲਈ, ਸਵਾਰਥੀ ਹਾਂ। ਅਤੇ ਜਿਹੜਾ ਬੰਦਾ ਸਵਾਰਥੀ ਹੈ ਉਹਦੇ ਲਈ ਜਿਹੜਾ ਉਹ ਸਿੱਧੀ ਜਿਹੀ ਗੱਲ ਆ ਕਿ ਸੁੱਖ ਜਿਹੜਾ ਉਹ ਰੋਗ ਦਾ ਹੀ ਕੰਮ ਕਰ ਰਿਹਾ। ਫਿਰ ਭਾਈ ਸਾਹਿਬ ਜੀ ਸਾਰੇ ਮਤਲਬ ਕਈ ਮਨੁੱਖ ਮੰਨਦੇ ਹੈਗੇ ਨੇ ਦੁੱਖ ਸਾਡੇ ਲਈ ਮਾੜਾ ਅਤੇ ਸੁੱਖ ਚੰਗਾ। ਕਈ ਮਨੁੱਖ ਨਹੀਂ ਮੰਨਦੇ ਜੀ, ਇਹ ਮੇਰੇ ਹਿਸਾਬ ਨਾਲ 99% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਹੋ ਹੀ ਕਹਿੰਦੇ ਨੇ ਕਿ ਦੁੱਖ ਮੈਂ ਹਾਏ ਮੇਰੇ ਲਈ ਹੀ ਹੈ, ਕਸ਼ਟ ਕਿਉਂ ਆਇਆ? ਕਦੇ ਆਹ ਚੀਜ਼ ਕਿਸੇ ਨੇ ਸੋਚੀ ਨਹੀਂ, ਦੁੱਖ ਕਿਉਂ ਆਉਂਦਾ ਆ? ਸਾਡੇ ਕਰਮਾਂ ਬੱਧੀ ਦੁੱਖ ਆ ਰਿਹਾ ਚੱਲ ਕੇ, ਜੋ ਅਸੀਂ ਕਰਦੇ ਹਾਂ ਜੋ ਪਹਿਲਾਂ ਕੀਤਾ ਉਹੋ ਹੀ ਸਾਡੇ ਅੱਗੇ ਜਿਹੜਾ ਆ ਪਨਪ ਕੇ ਅੱਗੇ ਆਉਂਦਾ। ਅਸੀਂ ਕਦੇ ਵੀ ਇਸ ਚੀਜ਼ ਨੂੰ ਅਸੀਂ ਨਹੀਂ ਉਹ ਪਕੜ ਕੇ ਰੱਖਦੇ ਕਿ ਹਾਂ ਵੀ ਦੁੱਖ ਸਾਡੇ ਕਰਮਾਂ ਦਾ, ਅਸੀਂ ਕਹਿੰਦੇ ਹਾਂ ਵੀ ਦੁੱਖ ਜਿਹੜਾ ਆ ਹੁਣ ਦਾ, ਸਾਨੂੰ ਪਿਛਲੇ ਜਨਮਾਂ ਦਾ ਪਤਾ ਹੀ ਨਹੀਂ ਹੈ, ਪਿਛਲੇ ਜਨਮਾਂ ਦੀ ਸਾਨੂੰ ਸੋਝੀ ਕਿੱਥੋਂ ਆਏਗੀ, ਕਦੇ ਆ ਹੀ ਨਹੀਂ ਸਕਦੀ, ਠੀਕ ਹੈ ਨਾ। ਅਸੀਂ ਕੀ ਕਰਦੇ ਹਾਂ ਵੀ ਹੁਣ ਵੀ ਅਸੀਂ ਪਾਪ ਕਰੀ ਜਾਂਦੇ ਹਾਂ, ਕਿਉਂਕਿ ਪਾਪ ਕਈ ਤਰੀਕੇ ਦੇ ਨੇ, ਅੱਖਾਂ ਦੇ ਪਾਪ, ਹੱਥਾਂ ਦੇ ਪਾਪ, ਅਸੀਂ ਦਿਮਾਗ ਦੇ ਪਾਪ, ਅਸੀਂ ਦਿਮਾਗ ਦੇ ਵਿੱਚ ਸੋਚ ਵੀ ਲਿਆ ਕਿਸੇ ਦੇ ਪ੍ਰਤੀ ਅਤੇ ਉਹ ਪਾਪ ਗਿਣਿਆ ਗਿਆ, ਅਸੀਂ ਝੂਠ ਬੋਲਿਆ ਉਹ ਪਾਪ ਗਿਣਿਆ ਗਿਆ, ਅਸੀਂ ਅੱਖਾਂ ਨਾਲ ਕਿਸੇ ਦਾ ਤਨ ਵੇਖ ਲਿਆ ਉਹ ਪਾਪ ਗਿਣਿਆ ਗਿਆ, ਉਹ ਪਾਪ ਜਿਹੜੇ ਸਾਡੇ ਲਿਖੇ ਜਾ ਰਹੇ ਨੇ, ਜਦੋਂ ਪਾਪ ਲਿਖੇ ਜਾ ਰਹੇ ਨੇ ਤਾਂ ਉਹ ਕਰਮਾਬੱਧੀ ਸਾਡੇ ਅੱਗੇ ਆਉਣਾ ਹੀ ਨੇ ਨਾ, ਮੇਟਣ ਦੀ ਤਾਕਤ ਤਾਂ ਸਿਰਫ ਗੁਰਬਾਣੀ ਦੇ ਵਿੱਚ, ਗੁਰਬਾਣੀ ਅਸੀਂ ਪੜ੍ਹਨੀ ਨਹੀਂ, ਇਸ ਕਰਕੇ ਦੁੱਖ ਜਿਹੜੇ ਸਾਡੇ ਵੱਧਦੇ ਜਾ ਰਹੇ ਨੇ। ਅਤੇ ਭਾਈ ਸਾਹਿਬ ਜੀ ਦੁੱਖ ਅਤੇ ਸੁੱਖ 'ਚੋਂ ਅਸੀਂ ਕਿਵੇਂ ਮੁਕਤ ਕਿਵੇਂ ਹੋ ਸਕਦੇ ਹਾਂ? ਦੇਖੋ ਜੀ, ਦੁੱਖ ਅਤੇ ਸੁੱਖ ਦੇ ਵਿੱਚੋਂ ਮੁਕਤ ਹੋਣਾ ਸਿਰਫ ਗੁਰੂ ਨਾਨਕ ਦੇ ਹੱਥ ਵੱਸ ਹੈ। ਗੁਰਬਾਣੀ ਪਤਾ ਕੀ ਕਹਿੰਦੀ ਹੈ? ਕਹਿੰਦੇ ਵੀ ਜਦੋਂ ਤੁਹਾਡੇ ਕਰਮਾਂ ਬੱਧੀ ਜਿਹੜੇ ਦੁੱਖ ਆਉਣੇ ਨੇ ਨਾ, ਉਹ ਅਗਰ ਤੁਹਾਡੇ ਸੂਲੀ ਦਾ ਸੂਲ ਬਣ ਕੇ ਤਾਂ ਨਿਕਲ ਸਕਦੇ, ਵੀ ਫਾਂਸੀ ਹੋਣੀ ਹੈ ਉਹ ਸੂਈ 'ਚ ਚੁੱਭ ਸਕਦੀ ਹੈ, ਵੀ ਸੂਈ 'ਚ ਹੋ ਗਏ ਤਾਂ ਫਾਂਸੀ ਤਾਂ ਤੁਹਾਡਾ ਕੱਟਿਆ ਜਾਵੇ, ਪਰ ਉਸਦੇ ਲਈ ਇੱਕ ਤੁਹਾਨੂੰ ਲੈਵਲ 'ਤੇ ਜਾ ਕੇ ਬੰਦਗੀ ਕਰਨੀ ਪਏਗੀ। ਅਕਸਰ ਸਰੀਰ ਕਿਸੇ ਨੂੰ ਕਿਹਾ ਜਾਵੇ ਨਾ ਕਿ ਤੂੰ ਅੰਮ੍ਰਿਤ ਛਕ ਲੈ, ਅਤੇ ਅੱਗੋਂ ਜਵਾਬ ਪਤਾ ਕੀ ਆਉਂਦਾ? ਸਾਡੇ ਕੋਲ ਬਾਣੀ ਨਹੀਂ ਪੜ੍ਹੀ ਜਾਂਦੀ, ਪੰਜ ਬਾਣੀਆਂ ਦਾ ਨਿਤਨੇਮ ਕਰਨ ਲੱਗੇ ਵੀ ਸਰੀਰ ਔਖੇ, ਮੈਂ ਤਾਂ ਇਹ ਕਹਾਂਗਾ ਕਿ ਦੇਖੋ ਕਈ ਸਰੀਰ ਜਿਵੇਂ ਜਪਜੀ ਸਾਹਿਬ ਦਾ ਵੀ ਪਾਠ ਨਹੀਂ ਕਰਦੇ, ਪੰਜ ਬਾਣੀਆਂ ਦਾ ਨਿਯਮ ਨਿਤਨੇਮ ਤਾਂ ਬੜੀ ਦੂਰ ਦੀ ਗੱਲ ਹੈਗੀ। ਹੁਣ ਆਹ ਚੀਜ਼ ਜਿਹੜੀ ਹੈ ਉਹ ਇੱਧਰ ਪਾਠ ਕਰਨਗੇ ਅਤੇ ਉਹਨਾਂ ਦੇ ਦੁੱਖ ਕੱਟੇ ਜਾਣਗੇ ਨਾ। ਅਸੀਂ ਕਹਿੰਦੇ ਹਾਂ ਵੀ ਹਾਂ ਸਾਡੇ ਦੁੱਖ ਜਿਹੜੇ ਕੱਟੇ ਜਾਣ, ਦੁੱਖ ਤਾਂ ਕੱਟੇ ਜਾਣਗੇ ਜੇ ਸਾਨੂੰ ਨਿਰੰਤਰ ਅਸੀਂ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਅੰਮ੍ਰਿਤ ਵੇਲੇ ਉੱਠਾਂਗੇ। ਅੰਮ੍ਰਿਤ ਵੇਲੇ ਦੀ ਬਹੁਤ ਜ਼ਿਆਦਾ ਮਹਾਨਤਾ, ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ ਅੰਮ੍ਰਿਤ ਵੇਲੇ ਦਾ ਇੱਕ ਵਾਰ ਵਾਹਿਗੁਰੂ ਕਿਹਾ ਅਤੇ ਦਿਨ ਵਿੱਚ ਹਜ਼ਾਰ ਵਾਰੀ ਕਿਹਾ, ਇੱਕ ਬਰਾਬਰ ਹੈ। ਹੁਣ ਤੁਸੀਂ ਕਹੋ ਕਿ ਅਸੀਂ ਦਿਨ ਦੇ ਵਿੱਚ 100 ਮਾਲਾ ਮੂਲ ਮੰਤਰ ਦੀਆਂ ਕਰ ਲਈਏ, ਪੋਸੀਬਲ ਹੀ ਨਹੀਂ ਹੈਗਾ। 1000 ਮਾਲਾ ਮੂਲ ਮੰਤਰ ਦੀਆਂ ਕਰ ਲਈਏ, ਪੋਸੀਬਲ ਹੀ ਨਹੀਂ ਹੈਗਾ। ਪਰ ਇੱਕ ਮਾਲਾ ਅੰਮ੍ਰਿਤ ਵੇਲੇ ਮੂਲ ਮੰਤਰ ਦੀ ਕਰ ਸਕਦੇ ਹਾਂ, 2 ਮਾਲਾ ਅੰਮ੍ਰਿਤ ਵੇਲੇ ਕਰ ਸਕਦੇ ਹਾਂ। ਜਦੋਂ ਅਸੀਂ ਉਸ ਪਾਸੇ ਫੋਕਸ ਕਰਦੇ ਹਾਂ ਤਾਂ ਫਿਰ ਸਾਡੇ ਜਿਹੜੇ ਦੁੱਖ ਨੇ ਉਹ ਸੁੱਖਾਂ ਵਿੱਚ ਤਬਦੀਲ ਹੁੰਦੇ ਜਾਂਦੇ ਨੇ।
ਦੁੱਖ ਜਿਹੜਾ ਆ ਉਹੋ ਹੀ ਸਾਨੂੰ ਜਿਹੜਾ ਆ ਪ੍ਰੇਰਣਾ ਦਿੰਦਾ ਹੈ ਕਿ ਨਾਮ ਜਪ ਲੈ ਤੂੰ ਤਰ ਜਾਏਗਾ, ਨਾਮ ਜਪ ਲੈ ਤੇਰਾ ਭਲਾ ਹੋ ਜਾਊਗਾ। ਪਰ ਅਸੀਂ ਜਦੋਂ ਸੁੱਖਾਂ ਦੇ ਵਿੱਚ ਲਿਪਤ ਹੁੰਦੇ ਹਾਂ ਤਾਂ ਸਾਨੂੰ ਨਾਮ ਜਪਣ ਦੀ ਹੁੰਦੀ, ਫਿਰ ਸਾਨੂੰ ਹੁੰਦਾ ਕਿ ਨੋਟ ਇਕੱਠੇ ਕਰ ਲਏ, ਕੋਈ ਪੈਸਾ ਨਾਲ ਨਹੀਂ ਜਾਣਾ, ਮਹਿਲ ਮਾਣੀਆਂ ਨਾਲ ਨਹੀਂ ਜਾਣੀਆਂ, ਕੋਈ ਚੀਜ਼ ਨਾਲ ਨਹੀਂ ਜਾਣੀ। ਪਰ ਸਾਡਾ ਕੀ ਸੁਭਾਅ ਬਣਿਆ ਹੋਇਆ ਕਿ ਅਸੀਂ ਇਕੱਠੇ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਬੈਂਕ ਬੈਲੈਂਸ ਅੱਜ 5 ਲੱਖ, ਫਿਰ 7 ਲੱਖ, ਫਿਰ 10 ਲੱਖ, ਫਿਰ 15 ਲੱਖ, ਮਤਲਬ ਉਹ ਚੀਜ਼ ਵੱਧ ਰਹੀ ਹੈ। ਕਮਾਉਂਦਾ ਕੌਣ ਹੈ? ਪਿਓ ਜਾਂ ਦਾਦਾ, ਅੱਗੇ ਪੋਤਰੇ ਜਿਹੜੇ ਨੇ ਉਹ ਉਜਾੜ ਰਹੇ ਨੇ, ਜਾਂ ਮਤਲਬ ਬੇਸਿਕਲੀ ਉਹ ਪੈਸਾ ਜਿਸ ਤਰੀਕੇ ਨਾਲ ਕਮਾਇਆ ਉਸ ਹਿਸਾਬ ਨਾਲ ਹੀ ਅੱਗੇ ਉੱਜੜਦਾ ਜਾਂਦਾ। ਪੈਸਾ ਉਹ ਜਿਹੜਾ ਕਿ ਤੁਸੀਂ ਆਪਣੇ ਲਈ ਆਪ ਕਮਾਓ ਅਤੇ ਆਪਣੇ ਪੈਸੇ ਦਾ ਆਪ ਸੁੱਖ ਲਓ। ਮੈਂ ਨਹੀਂ ਕਹਿੰਦਾ ਕਿ ਬਹੁਤ ਜ਼ਿਆਦਾ ਪੈਸਾ ਕਮਾਉਣ ਦੀ ਲੋੜ ਆ, ਲੋੜ ਹੀ ਨਹੀਂ। ਮਹਾਰਾਜ ਅੱਗੋਂ ਇੱਕੋ ਚੀਜ਼ ਮੰਗਿਆ ਕਰੋ ਹਰ ਵੇਲੇ ਕਿ ਪਾਤਸ਼ਾਹ ਨਾ ਇਹ ਮਾਇਆ ਜੁੜੇ ਅਤੇ ਨਾ ਥੋੜੇ। ਉਹਦੇ ਨਾਲ ਕੀ ਹੋਏਗਾ, ਤੁਹਾਡਾ ਮਾਇੰਡ ਜਿਹੜਾ ਇੱਕ ਜਗ੍ਹਾ ਸੈੱਟ ਰਹੇਗਾ ਕਿ ਹਾਂ ਮੈਂ ਧਿਆਨ ਬਾਣੀ ਵਿੱਚ ਦੇਣਾ, ਬਾਣੀ ਨੇ ਹੀ ਨਾਲ ਜਾਣਾ, ਬਾਣੀ ਨੇ ਹੀ ਮੈਨੂੰ ਸੁੱਖ ਦੇਣੇ ਨੇ, ਬਾਣੀ ਨਹੀਂ ਪੜਾਂਗਾ ਤਾਂ ਮੈਨੂੰ ਦੁੱਖ ਤਾਂ ਹੈ ਹੀ ਹੈ। ਠੀਕ ਹੈ ਨਾ। ਅਕਸਰ ਅਸੀਂ ਇੱਕ ਚੀਜ਼ ਹੋਰ ਵੇਖਣ ਨੂੰ ਮਿਲਦੀ ਹੈ, ਕਈ ਗੁਰਸਿੱਖਾਂ ਦੇ ਵਿੱਚ ਆਪਾਂ ਵੇਖਦੇ ਹਾਂ ਬਈ ਦੁੱਖ ਜਿਹੜਾ ਆ ਜਾਂਦਾ ਅਤੇ ਉਹ ਦੁੱਖ ਦਾ ਲੈਵਲ ਜਿਹੜਾ ਬੜਾ ਉੱਪਰ ਚਲਾ ਜਾਂਦਾ। ਬਾਣੀ ਪੜ੍ਹਨ ਦਾ ਸਰੀਰ ਹੈ, ਇੱਕ ਪਾਸੇ ਉਹ ਬਾਣੀ ਪੜ੍ਹ ਰਿਹਾ, ਅੰਮ੍ਰਿਤ ਵੇਲਾ ਕਰ ਰਿਹਾ, ਨਾਮ ਜਪ ਰਿਹਾ, ਹੋਰ ਸੰਗਤ ਨੂੰ ਜੋੜ ਰਿਹਾ, ਅਤੇ ਇੱਧਰ ਜਿਹੜਾ ਦੁੱਖ ਉਹਦਾ ਮਤਲਬ ਉਹਨੂੰ ਤਕਲੀਫ ਦੇ ਰਿਹਾ। ਉਹਦੇ ਵਿੱਚ ਕੀ ਆਸਪੈਕਟ ਹੈ ਗੁਰੂ ਦੇ ਪਿਆਰਿਓ, ਕਿ ਮਹਾਰਾਜ ਵੱਲੋਂ ਇੱਕ ਹੁਕਮ ਹੋ ਜਾਂਦਾ, ਮਹਾਰਾਜ ਵੱਲੋਂ ਇੱਕ ਹੁਕਮ ਹੈ ਕਿ ਬਈ ਤੇ ਤੂੰ ਇੰਨੀ ਬਾਣੀ ਪੜ੍ਹ ਰਿਹਾ। ਮਹਾਰਾਜ ਨੂੰ ਵੀ ਚਿੰਤਾ ਹੋ ਜਾਂਦੀ ਹੈ, ਮਹਾਰਾਜ ਕਹਿੰਦਾ ਤੂੰ ਇੰਨੀ ਬਾਣੀ ਪੜ੍ਹ ਰਿਹਾ ਵੀ ਤੇਰਾ ਇਸੇ ਜਨਮ ਦੇ ਵਿੱਚ ਹੀ ਨਾ ਲੇਖਾ ਫਿਨਿਸ਼ ਕਰ ਦਈਏ, ਇਸ ਕਰਕੇ ਜਿਹੜੇ ਤੇਰੇ ਪਿਛਲੇ ਚੱਲੇ ਆ ਰਹੇ ਪਾਪ ਉਹਦਾ ਲੇਖਾ ਕਰਕੇ ਔਰ ਉਹਦੇ ਵੱਲੇ ਜਿਹੜੇ ਦੁੱਖ ਦੇ ਕੇ ਅਤੇ ਖਤਮ ਕਰ ਦਿੱਤਾ ਜਾਂਦਾ, ਵੀ ਉਸ ਤੋਂ ਬਾਅਦ ਸੱਚਖੰਡ ਦਾ ਜਿਹੜਾ ਵਾਸੀ ਬਣ ਜਾਂਦਾ ਹੈ। ਆਹ ਚੀਜ਼ ਜਿਹੜੀ ਜਦੋਂ ਬੰਦੇ ਦੇ ਦਿਮਾਗ ਦੇ ਵਿੱਚ ਪੈ ਜਾਂਦੀ ਹੈ ਨਾ ਕਿ ਹਾਂ ਵੀ ਮੈਨੂੰ ਸੁੱਖ ਮਿਲਣੇ ਨੇ ਤਾਂ ਸਿਰਫ ਬਾਣੀ ਨੇ ਦੇਣੇ ਨੇ, ਮੈਨੂੰ ਦੁੱਖ ਆ ਰਹੇ ਮੇਰੇ ਕਰਮਾਂ ਬੱਧੀ ਆ ਰਹੇ, ਮੈਨੂੰ ਦੁੱਖ ਮਿਲ ਰਹੇ ਨੇ ਮੇਰੇ ਪਿਛਲੇ ਕੀਤੇ ਹੋਏ ਕਰਮਾਂ ਕਰਕੇ, ਪਿਆ ਪਾਪਾਂ ਕਰਕੇ ਮਿਲ ਰਹੇ ਨੇ, ਫਿਰ ਉਹ ਕਿਤੇ ਨਾ ਕਿਤੇ ਬੰਦਾ ਜਿਹੜਾ ਨਾ ਉਹ ਗੁਰਬਾਣੀ ਨਾਲ ਜੁੜਦਾ ਆ। ਪਰ ਅਕਸਰ ਹੁੰਦਾ ਕੀ ਹੈ ਕਿ ਅਸੀਂ ਉਹ ਦੁੱਖਾਂ ਦੇ ਵਿੱਚ ਪੈ ਕੇ ਅਸੀਂ ਉਹ ਕਰਕੇ ਸਿਰ ਫੜ ਕੇ ਬਹਿ ਜਾਂਦੇ ਹਾਂ, ਅਕਸਰ ਵੇਖਣ ਨੂੰ ਮਿਲਦਾ। ਜਿਹੜੀ ਨੋਰਮਲ ਸਰੀਰ ਜਿਹੜੇ ਕਿ ਪਰਮੇਸ਼ੁਰ ਤੋਂ ਟੁੱਟ ਚੁੱਕੇ ਨੇ ਉਹ ਅਕਸਰ ਜਿਹੜੇ ਨੇ ਉਹ ਸਿਰ ਫੜ ਕੇ ਬਹਿ ਜਾਂਦੇ ਨੇ ਅਤੇ ਰੱਬ ਨੂੰ ਗਲਤ ਜਿਹੜੇ ਲਫ਼ਜ਼ ਜਿਹੜੇ ਪ੍ਰੋਨਾਊਂਸ ਕਰਦੇ ਨੇ ਜਾਂ ਗਲਤ ਤਰੀਕੇ ਨਾਲ ਉਹ ਕਹਿੰਦੇ ਨੇ ਕਿ ਹਾਂ ਵੀ ਮੇਰੇ ਨਾਲ ਹੀ ਇੱਦਾਂ ਹੋਣਾ ਸੀ ਜਾਂ ਇੱਦਾਂ ਹੋਣਾ ਸੀ ਜਾਂ। ਪਰ ਪਰਮੇਸ਼ੁਰ ਨੂੰ ਸਭ ਪਤਾ, ਗੁਰੂ ਨਾਨਕ ਸਾਹਿਬ ਨੂੰ ਸਭ ਕੁਛ ਪਤਾ ਕਿ ਸਾਡੇ ਲਈ ਚੰਗਾ ਉਹ ਸਾਨੂੰ ਦੇ ਰਹੇ ਨੇ, ਜੋ ਸਾਨੂੰ ਦੇ ਰਹੇ ਨੇ ਉਹ ਸਾਡੇ ਲਈ ਸਭ ਤੋਂ ਵਧੀਆ, ਜੋ ਸਾਡੇ ਲਈ ਨਹੀਂ ਚੰਗਾ ਉਹ ਸਾਨੂੰ ਦੇ ਹੀ ਨਹੀਂ ਰਹੇ। ਇਸ ਕਰਕੇ ਸੁੱਖ ਵੀ ਉਹਦੇ ਦਿੱਤੇ ਆ, ਦੁੱਖ ਵੀ ਉਹਦੇ ਦਿੱਤੇ ਆ, ਦੋਵਾਂ ਵਿੱਚ ਹੀ ਪਰਮੇਸ਼ੁਰ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਆ ਕਿ ਜੇ ਦੁੱਖ ਵੀ ਦਿੱਤੇ ਰੱਬਾ ਇੱਕ ਦਿਨ ਸੁੱਖ ਵੀ ਦੇਵੇਗਾ। ਜੇ ਸੁੱਖ ਦਿੱਤੇ ਆ ਅਤੇ ਸੁੱਖਾਂ ਤੋਂ ਬੰਦਾ ਨਿਉ ਕੇ ਚੱਲੇ, ਸੁੱਖਾਂ ਦੇ ਵਿੱਚ ਆਫਰੇਗਾ ਕਿ ਸਭ ਰੱਬਾ ਜੇ ਸੁੱਖ ਦਿੱਤੇ ਹੀ ਪਾਤਸ਼ਾਹ ਨੂੰ ਬਚਾ ਕੇ ਰੱਖੀ। ਅਸੀਂ ਸੁੱਖਾਂ ਦੇ ਵਿੱਚ ਆਫੜ ਜਾਂਦੇ ਹਾਂ, ਉਹ ਚੀਜ਼ ਤੋਂ ਥੋੜ੍ਹਾ ਜਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ। ਦੇਖੋ ਗੁਰੂ ਦੇ ਪਿਆਰਿਓ, ਕਈ ਵਾਰੀ ਹੁੰਦਾ ਪਤਾ ਕੀ ਹੈ ਬਈ ਜਿਵੇਂ ਕੋਈ ਬੱਚਾ ਕਸ਼ਟ ਭੋਗ ਰਿਹਾ, ਕੋਈ ਬੱਚਾ ਜਿਹੜਾ ਆ ਉਹ ਤਕਲੀਫ ਦੇ ਵਿੱਚ, ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਹੈ, ਵੀ ਉਹਦੇ 'ਤੇ ਰੂਟੀਨ ਦੇ ਵਿੱਚ ਪੈਸੇ ਲੱਗਦੇ ਜਾ ਰਹੇ ਆ। ਸਿਰਫ ਉਹ ਬੱਚਾ ਕਸ਼ਟ ਨਹੀਂ ਭੋਗ ਰਿਹਾ, ਉਹਦੇ ਮਾਂ ਪਿਓ ਨਾਲ ਕਸ਼ਟ ਭੋਗ ਰਹੇ ਆ, ਮੈਂਟਲੀ ਵੀ ਕਸ਼ਟ ਭੋਗ ਰਹੇ ਆ ਕਿਉਂਕਿ ਉਹਨਾਂ ਦਾ ਬੱਚਾ ਉਹਨਾਂ ਦਾ ਆਪਣਾ ਜਣਿਆ, ਉਹ ਫਿਜ਼ੀਕਲੀ ਵੀ ਭੋਗ ਰਹੇ ਆ ਕਿ ਉਹਨੂੰ ਲੈ ਕੇ ਜਾਣਾ ਲੈ ਕੇ ਆਉਣਾ, ਅਤੇ ਫਾਈਨੈਂਸ਼ਲੀ ਵੀ ਭੋਗ ਰਹੇ ਆ। ਉਹ ਬੇਸਿਕਲੀ ਇਹਦੇ ਪਿੱਛੇ ਕੀ ਕਾਰਨ ਆ ਵੀ ਜੇ ਹੁਣ ਅਸੀਂ ਦੁਨਿਆਵੀ ਸਰੀਰ ਹਾਂ, ਕਿਸੇ ਦੇ ਪੈਸੇ ਮਾਰਦੇ ਹਾਂ, ਉਹ ਪੈਸਾ ਸਾਡਾ ਕਈ ਗੁਣਾ ਹੋ ਕੇ ਨਿਕਲਦਾ। ਇੱਕ ਉਹ ਪੈਸਾ ਹੁਣ ਉਹ ਜਿਹੜਾ ਸਰੀਰ ਆ ਉਹ ਸਾਡਾ ਬੱਚਾ ਬਣ ਕੇ ਆ ਗਿਆ, ਉਹ ਉਨੀ ਦੇਰ ਤੱਕ ਸਾਡਾ ਪੈਸਾ ਲਵਾਈ ਜਾਂਦਾ ਲਵਾਈ ਜਾਂਦਾ ਲਵਾਈ ਜਾਂਦਾ, ਜਦੋਂ ਲੇਖਾ ਖਤਮ ਬੱਚਾ ਫਿਨਿਸ਼। ਇਹ ਇੱਕ ਪਹਿਲੂ। ਹੁਣ ਉਹ ਪੈਸੇ ਦੇ ਕਰਕੇ ਜਿਹੜਾ ਮੈਂ ਪੈਸਾ ਮਾਰਿਆ, ਉਹਦੇ ਕਰਕੇ ਜਿਹੜੇ ਸਰੀਰ ਦਾ ਮੈਂ ਪੈਸਾ ਮਾਰਿਆ ਉਹ ਮੈਂਟਲੀ ਬਹੁਤ ਜ਼ਿਆਦਾ ਪਰੇਸ਼ਾਨ ਸੀ, ਉਹ ਵੀ ਤਾਂ ਮੈਨੂੰ ਮਲਟੀਪਲਾਈ ਹੋ ਕੇ ਮਿਲਣਾ ਨਾ, ਉਹਨਾਂ ਹੀ ਅਸੀਂ ਅੱਗੇ ਪਰੇਸ਼ਾਨ ਹੋ ਰਹੇ ਹਾਂ। ਉਹ ਚੀਜ਼ਾਂ ਜਿਹੜੀਆਂ ਨੇ, ਬੱਚੇ ਦਾ ਕਸ਼ਟ ਮਾਂ ਦੇਖ ਨਹੀਂ ਸਕਦੀ, ਪਿਓ ਦੇਖ ਨਹੀਂ ਸਕਦਾ,
ਉਹ ਚੀਜ਼ਾਂ ਜਿਹੜੀਆਂ ਨੇ ਜਦੋਂ ਅਸੀਂ ਕਿਸੇ ਦਾ ਧੱਕਾ ਕਰਦੇ ਹਾਂ, ਕਿਸੇ ਨੂੰ ਕੋਈ ਇਹ ਕਹਿ ਲਈਏ ਕਿ ਗਾਲੀ ਗਲੋਚ ਕਰਦੇ ਹਾਂ, ਕਿਸੇ ਦਾ ਘਰ ਬਰਬਾਦ ਕਰਦੇ ਹਾਂ, ਠੀਕ ਹੈ ਨਾ। ਹੁਣ ਅਕਸਰ ਮੈਂ ਇੱਕ ਗੱਲ ਨਾ ਅਕਸਰ ਆਪਣੇ ਵੀਡੀਓਜ਼ ਦੇ ਵਿੱਚ ਸੰਗਤ ਜੀ, ਮੈਂ ਅਕਸਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਰਦਾ ਕਿ ਲੋਕ ਜਾਦੂ ਟੂਣੇ ਕਰਕੇ ਨਾ ਲੋਕਾਂ ਦਾ ਘਰ ਬਰਬਾਦ ਕਰਦੇ ਨੇ ਅਤੇ ਕਿਸੇ ਦਾ ਮਤਲਬ ਬਹੁਤ ਨੁਕਸਾਨ ਕਰਨ ਤੱਕ ਆ ਜਾਂਦੇ ਨੇ। ਜੋ ਉਹ ਕਰ ਰਹੇ ਨੇ ਉਹਨਾਂ ਨੂੰ ਭੁਗਤਣਾ ਤਾਂ ਪੈਣਾ ਹੀ ਹੈ ਨਾ, ਉਹ ਇਸ ਜਨਮ 'ਚ ਭੁਗਤਣ, ਅਗਲੇ 'ਚ ਭੁਗਤਣ ਜਾਂ ਕਦੋਂ ਭੁਗਤਣ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਕੰਟਰੋਲ 'ਚ ਆ ਸਾਰੀਆਂ ਚੀਜ਼ਾਂ, ਪਰ ਭੁਗਤਣਾ ਤਾਂ ਪੈਣਾ। ਅਤੇ ਮਲਟੀਪਲੀਕੇਸ਼ਨ ਹੁੰਦੀ ਹੈ, ਜੋ ਤੁਸੀਂ ਚੰਗਾ ਕਰਦੇ ਹੋ ਕਿਸੇ ਦਾ ਉਹ ਵੀ ਮਲਟੀਪਲਾਈ ਹੋਣਾ ਆ, ਜੋ ਤੁਸੀਂ ਮਾੜਾ ਕਰਦੇ ਹੋ ਉਹ ਵੀ ਮਲਟੀਪਲਾਈ ਹੋਣਾ। ਜੇ ਅਸੀਂ ਕਹਿੰਦੇ ਹਾਂ ਨਾ ਕਿ ਤੁਹਾਡਾ ਦਾਨ ਦਾ ਦਿੱਤਾ ਹੋਇਆ 1 ਰੁਪਈਆ ਵੀ ਜਿਹੜਾ ਉਹ ਵੀ ਤੁਹਾਨੂੰ 100 ਬਣ ਕੇ ਮਿਲੇਗਾ। ਅਕਸਰ ਜਿਹੜੇ ਗਰੀਬ ਮੰਗਤੇ ਹੁੰਦੇ ਨੇ ਨਾ, ਹੁਣ ਤਾਂ ਮੰਗਣ ਵਾਲੇ ਦਾ ਉਹ ਲਹਿਜਾ ਹੀ ਬਦਲ ਗਿਆ, ਪਹਿਲੇ ਜਿਹੜੇ ਗਰੀਬ ਗੁਰਬੇ ਹੁੰਦੇ ਸੀਗੇ ਉਸ ਤਰੀਕੇ ਨਾਲ ਮੰਗਦੇ ਸੀਗੇ ਵੀ ਤੁਸੀਂ 1 ਰੁਪਇਆ ਦਿਓ ਤੁਹਾਨੂੰ ਰੱਬ 1000 ਦੇਗਾ, 500 ਦੇਗਾ, 100 ਦੇਗਾ, ਮੈਂ ਜੋ ਉਹਨਾਂ ਦੇ ਮੂੰਹ 'ਚ ਆ ਜਾਂਦਾ ਸੀ। ਗੁਰੂ ਸਾਹਿਬ ਦਿੰਦੇ ਨੇ, ਉਹ ਮਲਟੀਪਲਾਈ ਹੋ ਕੇ ਮਿਲਦਾ। ਅਤੇ ਜੇ ਦਾਨ ਸਾਡਾ ਮਲਟੀਪਲਾਈ ਹੋ ਕੇ ਮਿਲ ਰਿਹਾ ਤਾਂ ਸਾਡਾ ਦੁੱਖ ਨਹੀਂ ਮਲਟੀਪਲਾਈ ਹੋਣਾ, ਉਹ ਪਹਿਲਾਂ ਮਲਟੀਪਲਾਈ ਹੋਣਾ। ਜਦੋਂ ਇਹ ਚੀਜ਼ ਸਾਡੇ ਦਿਮਾਗ 'ਚ ਆ ਜਾਏਗੀ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ। ਦੁੱਖ ਦੇਣਾ ਬਹੁਤ ਵੱਡੀ ਗੱਲ ਹੈ, ਦੁੱਖ ਦੇਣਾ, ਜਿੰਨਾ ਤੁਸੀਂ ਦੁੱਖ ਦਿਓਗੇ ਉਸ ਤੋਂ ਵੱਧ ਸਹਿਣ ਲਈ ਤਿਆਰ ਹੋ ਜਾਓ। ਅਸੀਂ ਅਕਸਰ ਆਪਣੀ ਹਉਮੈ ਦੇ ਵਿੱਚ ਆ ਕੇ ਕਿਸੇ ਨੂੰ ਗਾਲਾਂ ਕੱਢ ਦਿੰਦੇ ਹਾਂ, ਅਸੀਂ ਕਿਸੇ ਨੂੰ ਨੀਵਾਂ ਦਿਖਾਉਣ ਕਰਕੇ ਉਹਨੂੰ ਇਹੋ ਜਿਹੇ ਮੰਦੇ ਲਫ਼ਜ਼ ਬੋਲ ਦਿੰਦੇ ਹਾਂ, ਉਹ ਸਭ ਕੁਝ ਵਾਪਸ ਪਰਤ ਕੇ ਆਉਂਦਾ। ਕਿਉਂਕਿ ਇੱਕ ਬਾਲ ਨੂੰ ਤੁਸੀਂ ਜਿੰਨੀ ਜ਼ੋਰ ਦੀ ਕੰਧ 'ਤੇ ਮਾਰੋਗੇ ਉਹ ਡਬਲ ਸਪੀਡ ਨਾਲ ਵਾਪਸ ਆਏਗੀ। ਇਹ ਧਰਤੀ ਜਿਹੜੀ ਹੈ ਇਹ ਕਰਮ ਭੂਮੀ ਹੈ, ਇੱਥੇ ਜੋ ਤੁਸੀਂ ਕਰਮ ਬੀਜੋਗੇ ਉਹ ਦਰਖਤ ਬਣ ਕੇ ਵਾਪਸ ਆਉਣੇ ਨੇ। ਸੇਬ ਦਾ 1 ਬੀਜ ਪੋਇਆ, ਦਰਖਤ ਬਣਿਆ, ਕਿੰਨੇ ਸੇਬ ਲੱਗੇ ਅਤੇ ਕਿੰਨੇ ਬੀਜ ਨੇ, ਇਹ ਹੈਗਾ ਸਾਡੇ ਸੁੱਖਾਂ ਅਤੇ ਦੁੱਖਾਂ ਦਾ ਜਿਹੜਾ ਮੇਨ ਕਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।